बिस्मिल्लाह रहमान रहीम, अस्सलाम वालेकुम। अस्सलाम वालेकुम। कैसे मेरे बहन भाई, अल्लाह खैर करे, अल्लाह खुश रखे, अल्लाह सेहत तंदुरुस्ती दे, आमीन। अच्छा जी, ते ए मेरी आई दी वीडियो मैं शुरू करन लगा, ते जिस मेरे भैन भरा ने पसंद आए लाइक करो, शेयर करो और कमेंट में मैंने जरूर दस्यो कि मेरी वीडियो किस तरह लगी। ते अल्लाह खैर करे, वीडियो मेरी इस तरह दी कर दी आ माँ बेटी चैनल वाले वास्ते बनाई है। ते क्योंकि सिरो पानी हुण टप गया। हाँ जी, सिरो पानी टप गया, तो जो बंदे फिर गोते आते हैं ना, तो बंदा फिर कितने कितने हाथ पैर तो अपने मारदा ना। हाँ जी, अपनी जान बचाने की खातर, जान बचाने खातर अपने कितने कितने हाथ पैर मारदा भी कितने मेरा हाथ हट जाए, कितने मेरा हाथ हट जाए, मेरी जान बच जाए, मेरी जान बच जाए, ये कोशिश करता बंदा। अच्छा जी, तो अज दो दिन हो गए। हाँ जी, आज दूसरा दिन, दूसरा दिन हो गया। अच ਸਾਡੀ ਤਕਰੀਬਨ ਭਤੀਜੀ ਲੱਗਦੀ ਹੈ, ਇਹਨਾਂ ਦੀ ਇਹਨਾਂ ਦੀ ਭਤੀਜੀ, ਮੇਰੇ ਭਾਈ ਦੀ ਬੇਟੀ ਸੀ, ਮੇਰੀ ਭਾਣ ਜੀ ਭਤੀਜੀ ਲੱਗੀ। ਹਾਂ, ਸਵੇਰ ਸਵੇਰ ਫੋਨ ਆ ਜਾਂਦਾ ਵੀ ਬਾਈ ਉਹ ਬੱਚੀ ਫੌਤ ਹੋ ਗਈ। ਅਸੀਂ ਉਸ ਤਰ੍ਹਾਂ ਹੀ ਸਵੇਰ ਨਾਸ਼ਤਾ ਵੀ ਨਹੀਂ ਕਰਦੇ, ਅਸੀਂ ਸਵੇਰ ਤੜਕੇ ਉੱਠ ਕੇ ਉੱਥੇ ਚੱਲ ਜਾਂਦੇ ਹਾਂ ਦੋਨੇ। ਦੂਰ ਸੀ ਨਾ, ਦੂਰ ਸੀ ਦੋਨੇ ਜੀ, ਸੋ ਉੱਥੇ ਜਾਂਦੇ ਆ ਤੇ ਜਨਾਜ਼ੇ ਦਾ ਟਾਈਮ ਹੋ ਜਾਂਦਾ, ਉੱਥੇ ਬੈਠੇ ਜਾ ਕੇ ਉਹ ਕੰਮ ਦੰਦਰਾ ਕਰਾਓ, ਕਰਾ ਕੋ ਮਹਿਮਾਨ ਆਏ ਉਹ ਸਾਫ ਕਰਦਿਆ ਕਰਦਿਆ ਸਨ, ਟਾਈਮ ਆਵਾ ਲੱਗ ਗਿਆ। ਉਧਰੋਂ ਜਨਾਜ਼ੇ ਦਾ ਟਾਈਮ ਹੋ ਗਿਆ, ਮੈਨੂੰ ਚੱਕ ਚੋਂ ਬੰਦਾ ਫੋਨ ਕਰਦਾ ਵੀ ਬਾਈ ਤੁਹਾਡੇ ਕੋ ਸੁਣਿਆ ਲੜਾਈ ਲੜਾਈ ਹੋਈ ਹੈ। ਮੈਂ ਕਿਹਾ ਨਹੀਂ ਯਾਰ, ਸਾਡੇ ਕੋਈ ਲੜਾਈ ਨਹੀਂ ਹੋਈ। ਆਖੇ ਨਹੀਂ ਹੋਈ ਆ। ਮੈਂ ਅੱਛਾ ਫੋਨ ਬੰਦ ਕਰ, ਮੈਂ ਵਸੀਮ ਨੂੰ ਕਾਲ ਕੀਤੀ, ਮੈਨੂੰ ਵਸੀਮ ਨੇ ਵੀ ਸਿੱਧੀ ਗੱਲ ਨਹੀਂ ਦੱਸੀ ਵੀ ਸਾਡੀ ਲੜਾਈ ਹੋਈ ਜਾਂ ਨਹੀਂ ਹੋਈ। ਅਤੇ ਮੈਂ ਵਸੀਮ ਨੂੰ ਕਾਲ ਕਰਦਾ, ਪੁੱਤ ਪੱਠੇ ਵੜ ਚੱਲ ਕੇ, ਕਹਿੰਦਾ ਮੈਂ ਵੜਦਾ ਪਿਆ ਪੱਠੇ, ਮੈਂ ਘਰ ਆ ਜਾਂਦਾ, ਮੈਂ ਘਰ ਆਣ ਕੇ ਅਤੇ ਮੈਨੂੰ ਰਿਪੋਰਟ ਮਿਲਦੀ। ਵਸੀਮ ਨੂੰ ਪੁੱਛਿਆ ਮੈਂ, ਕਹਿੰਦਾ ਅੱਬੂ ਅੱਜ ਮੈਨੂੰ ਚਾਚੂ ਬਲਾਲ ਨੇ ਜ਼ਿਆਦਤੀ ਕੀਤੀ। ਮੈਂ ਕੀ ਹੋਇਆ? ਕਹਿੰਦਾ ਗੁਜਰਾਂ ਵਾਲੀ ਦੁਕਾਨ ਤੋਂ ਮੈਨੂੰ ਲੱਗਾ ਸਿੱਧੂ ਮੂਸੇ ਵਾਲੇ ਦੇ ਗਾਣੇ ਗਾਉਣ ਗਲਤ ਗਲਤ। ਮੈਂ ਫਿਰ ਵੀ ਦੁਕਾਨ ਤੋਂ ਸ਼ੈ ਲਈ, ਮੈਂ ਖਾਂਦਾ ਖਾਂਦਾ ਤੁਰਿਆ ਗਿਆ। ਇਹ ਮੇਰੇ ਅੱਗੇ ਸਪੀਡ ਨਾਲ ਮਾਰ ਕੇ ਅੱਗੇ ਜਾ ਕੇ ਆਪਣੇ ਬੂਹੇ 'ਤੇ ਬਹਿ ਗਿਆ ਅਤੇ ਘਰ ਕੋਈ ਬੰਦਾ ਕੋਈ ਨਹੀਂ ਸੀ। ਬਾਹਾਂ ਕੱਢਦਾ, ਬਾਹਾਂ ਕੱਢ ਕੱਢ ਕੇ ਬਹੁਤ ਗਲਤ ਅਲਫਾਜ਼ ਬੋਲੇ, ਬੜੇ ਗਲਤ ਅਲਫਾਜ਼ ਬੋਲੇ। ਕਿਉਂ ਬੋਲੇ? ਕਿ ਸਾਡਾ ਮੁੰਡਾ ਹੈਗਾ ਜਜ਼ਬਾਤੀ। ਹਾਂਜੀ, ਗੁੱਸਾ ਉਹ ਜਿਨ੍ਹਾਂ ਨੂੰ ਮਰਜ਼ੀ ਪੁੱਛ ਲਓ ਕਿ ਉਹ ਨਹੀਂ ਲਵਾ ਖੂਨ ਆ, ਨਹੀਂ ਕਿਸੇ ਨੂੰ ਉਹ ਬਰਦਾਸ਼ਤ ਨਹੀਂ ਕਰਦਾ। ਉਹ ਮੇਰੀ ਵੀ ਗਾਲ ਮੈਂ ਕੱਢਾਂ ਅਤੇ ਮੇਰੀ ਗਾਲ ਨਹੀਂ ਉਹ ਬਰਦਾਸ਼ਤ ਕਰਦਾ। ਉਹਨਾਂ ਦੇ ਬੱਚਿਆਂ ਨੇ ਸਾਡੇ ਨੇ ਅੱਲਾ ਪਾਕ ਖੈਰ ਕਰੇ ਨਾ, ਅਜੇ ਤੱਕ ਕਿਸੇ ਨਾਲ ਕੀਤੀ ਗਲਤੀ ਕਿਸੇ ਨਾਲ ਕਰਾਂ ਤੇ ਫੇਰ ਹਨਾ, ਉਹਨਾਂ ਨੇ ਚਾਚੇ ਨੂੰ ਚਾਚੇ ਵਾਲੀ ਜਗ੍ਹਾ ਤੇ ਰੱਖਿਆ, ਫੁੱਫੀ ਨੂੰ ਫੁੱਫੀ ਵਾਲੀ ਜਗ੍ਹਾ ਤੇ ਰੱਖਿਆ, ਤਾਏ ਨੂੰ ਤਾਏ ਵਾਲੀ ਜਗ੍ਹਾ ਤੇ ਰੱਖਿਆ, ਤੇ ਅੱਲਾ ਪਾਕ ਦਾ ਲੱਖ ਲੱਖ ਵੀ ਸ਼ੁਕਰ ਅਦਾ ਕਰਨਾ। ਸ਼ੁਕਰ ਸ਼ੁਕਰ ਅਲਹਮਦੁਲਿਲਾ ਅਲਹਮਦੁਲਿਲਾ। ਤੇ ਜੀ ਉਹ ਮੁੰਡਾ ਮੇਰਾ ਚੁੱਪ ਕਰਕੇ ਦੀਆਂ ਗਾਣਾ ਇਹ ਉਹ ਸੁਣਦਾ ਤੇ ਚੁੱਪ ਕਰਕੇ ਚਲੇ ਗਿਆ। ਮੈਨੂੰ ਪਤਾ ਲੱਗਾ, ਮੈਂ ਜਾ ਕੇ ਇਹਨੂੰ ਪੁੱਛਿਆ ਫਿਰ ਦੁਬਾਰਾ, ਮੈਂ ਕਿਹਾ ਯਾਰ ਗੱਲ ਝੂਠ ਝਾਟ ਨਾ ਹੋਵੇ। ਕਹਿੰਦਾ ਨਹੀਂ ਅੱਬੂ ਇਹ ਸੱਚ, ਫਲਾਣੇ ਫਲਾਣੇ ਬੰਦੇ ਮੁਨੱਵਰ ਨੂੰ ਜਾ ਕੇ ਪੁੱਛ ਲਾ, ਮੁਨੱਵਰ ਹੈਗਾ ਬਲਾਲ ਦਾ ਗੁਆਂਢੀ। ਹਾਂਜੀ, ਮੈਂ ਨਹੀਂ ਇਹਦੀ ਗੱਲ ਇਤਬਾਰ ਕੀਤਾ, ਮੈਂ ਜਾ ਕੇ ਮੁਨੱਵਰ ਨੂੰ ਪੁੱਛਿਆ, ਮੈਂ ਕਿਹਾ ਯਾਰ ਕੱਲ੍ਹ ਕੀ ਹੋਇਆ ਇੱਥੇ? ਉਹਨੇ ਕਿਹਾ ਬਾਈ ਇੱਦਾਂ ਕਿ ਤੇਰਾ ਮੁੰਡਾ ਦੁਕਾਨ 'ਤੇ ਸ਼ੈ ਲੈਂਦਾ ਸੀ, ਬਲਾਲ ਵੀ ਉੱਥੋਂ ਨਿਕਲਿਆ ਦੁਕਾਨ ਤੋਂ, ਬਲਾਲ ਅੱਗੋ ਗਾਣੇ ਸਿੱਧੂ ਮੂਸੇ ਵਾਲੇ ਦੇ ਗਲਤ ਗਲਤ ਗਾਉਂਦਾ ਆਉਂਦਾ ਸੀ, ਅਤੇ ਨਾਲੇ ਪਿੱਛੇ ਮੁੜ ਕੇ ਵੇਖਦਾ ਸੀ ਅਤੇ ਤੁਰਿਆ ਆਉਂਦਾ ਸੀ। ਤੇਰਾ ਮੁੰਡਾ ਪਿੱਛੇ ਦਾਤੀ ਅਤੇ ਮੋਢੇ 'ਤੇ ਰੱਖੀ ਸੀ, ਪੱਠੇ ਵੰਡ ਚੱਲਾ, ਉਹ ਵੀ ਤੁਰਿਆ ਆ ਰਿਹਾ ਪਿੱਛੇ ਪਿੱਛੇ। ਮੈਂ ਕਿਹਾ ਫਿਰ ਕਹਿੰਦਾ ਆਣ ਕੇ ਬੂਹੇ ਵਿੱਚ ਬਹਿ ਗਿਆ, ਅਤੇ ਉੱਥੇ ਫਿਰ ਉਹ ਬਾਹਾਂ ਜਿਵੇਂ ਸਿੱਧੂ ਮੂਸੇ ਵਾਲਾ ਕਰਦਾ ਉਵੇਂ ਕਰ ਕਰਕੇ, ਯਾਨੀ ਕਿ ਉਹਨੂੰ ਗੁੱਸਾ ਦਵਾ ਰਿਹਾ, ਜਜ਼ਬਾਤ ਦਵਾ ਰਿਹਾ ਵੀ ਇਹ ਮੇਰੇ ਗਲ ਪਵੇ, ਗਲ ਪੈ ਕੇ ਇਹਦਾ ਮਕਸਦ ਇਹ ਵੀ ਇਹ ਮੇਰੇ ਗਲ ਪਵੇ ਅਤੇ ਅਸੀਂ ਆਪਣੇ ਘਰ ਦਾ ਆਪਣੇ ਬੂਹਾ ਇਹ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਤਲ ਸੀ, ਕਾਤਲ ਇਹ ਇਨਸਾਨ, ਇਹ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੇ ਬੇਟੇ ਨੂੰ ਕੁਝ ਵੀ ਹੋ ਜਾਂਦਾ, ਮੈਨੂੰ ਕਿੱਥੋਂ ਪੁੱਤ ਲੱਭਣਾ ਸੀ? ਮੈਨੂੰ ਪੁੱਤ ਜਿਹੜਾ ਮੈਨੂੰ ਭਰਾਵਾਂ ਨੇ ਬੇਦਖਲ ਕਰ ਦਿੱਤਾ, ਭਰਾਵਾਂ ਨੇ ਬੇਦਖਲ ਕਰ ਦਿੱਤਾ ਮੈਨੂੰ ਇਸ ਘਰ ਦੀ ਖਾਤਰ, ਸਾਰਾ ਕੁਝ ਕਰ ਦਿੱਤਾ। ਮੈਨੂੰ ਦੱਸੋ ਮੇਰੇ ਪੁੱਤ ਧੀਆਂ ਪੁੱਤਾਂ ਦੇ ਸਕੇ? ਹਾਂਜੀ, ਸਾਡੀ ਮਾਂ ਛਡਾ ਦਿੱਤੀ, ਸਾਡਾ ਪਿਓ ਛਡਵਾ ਦਿੱਤਾ, ਇਹ ਸਾਨੂੰ ਸਾਰੇ ਭਰਾ ਛਡਵਾ ਦਿੱਤੇ, ਸਜਾਇਆ ਇਸ ਬਲਾਂ ਨੇ, ਆਈ ਸਮਝ ਸਾਡਾ ਪਿਓ ਮਾਂ ਸਾਰੇ ਸਾਡੇ ਛੱਡ ਗਏ ਸਾਨੂੰ, ਕੋਈ ਨਹੀਂ। ਠੀਕ ਆ ਜੀ, ਬਾਕੀ ਤੇ ਮੈਂ ਇੱਕੋ ਜਾਣਦਾ ਕਿ ਨੀਵੇਂ ਪਾਸੇ ਪਾਣੀ ਭੱਜ ਕੇ ਚੜ ਜਾਂਦਾ, ਉੱਤੇ ਪਾਸੇ ਪਾਣੀ ਝਟਣਾ ਪੈਂਦਾ। ਠੀਕ ਇਹਨਾਂ ਦਾ ਇੱਕ ਵਾ, ਉਹ ਇੱਕ ਭਾਈ ਕਹਿ ਰਿਹਾ ਕਿ 6 ਭਰਾ ਵਾਂ, ਤੇਰੀ ਇਕੱਲੇ ਦੀ ਨਹੀਂ ਮਿਲਣੀ, ਸਾਡੀ 6 ਦੀ ਮਿਲਣੀ, ਬਿਲਕੁਲ ਤੁਹਾਡੀ 6 ਦੀ ਮਿਲਣੀ। ਇੱਕ ਜਿਹੜਾ ਨਾ ਭਾਵੇਂ ਸੱਚਾ ਵੀ ਹੋਵੇ ਉਹਨੂੰ ਝੂਠਾ ਹੀ ਲੋਕ ਕਹਿੰਦੇ ਆ, ਤੇ ਉਹ ਅੱਲਾ ਪਾਕ ਦੇਖਦਾ ਵੀ ਝੂਠਾ ਕੌਣ ਸੱਚਾ ਕੌਣ, ਫੈਸਲੇ ਮੇਰੇ ਅੱਲਾ ਨੇ ਕਰਨੇ, ਤੂੰ ਮੈਂ ਫੈਸਲੇ ਕਰਨ ਵਾਲਾ ਕੌਣ? ਹਾਂਜੀ, ਇਨਸਾਫ ਉਹਦੇ ਹੱਥ ਵਿੱਚ। ਇਹ ਅਕਸਰ ਹੀ ਤੁਸੀਂ ਦੇਖੋਗੇ ਕਿ ਜਿਹੜਾ ਬੰਦਾ ਸੱਚਾ ਹੋਊਗਾ, ਅਗਰ ਉਹ ਮਾੜਾ ਹੋ ਗਰੀਬ ਹੋ, ਉਹਦੀ ਸਾਈਡ ਕੋਈ ਨਹੀਂ ਲਊਗਾ, ਉਹਦੀ ਸਾਈਡ ਕੋਈ ਨਹੀਂ ਲਊਗਾ, ਪਰ ਅੱਜ ਵੀ ਜਾ ਕੇ ਬਹਿ ਜੂਗਾ। ਜਿਹੜੇ ਬੰਦੇ ਉਹਦੀ ਪਾਰਟੀ ਦੇ, ਉਹਦੇ ਕਦੀ ਉਹਦੇ ਸਾਈਡ ਨਾ ਲੈਣਗੇ, ਉਹ ਤਕੜੇ ਵਾਲੇ ਪਾਸੇ ਹੋਣਗੇ। ਔਰ ਮੈਂ ਜਿੱਦਾਂ ਦੀ ਸਾਡੀ ਮੂੰਹ ਮਾਰੀ ਚੱਲਣ ਡਈ ਆ, ਲੜਾਈ ਚੱਲਣ ਡਈ, ਲੜਾਈ ਵੀ ਸਾਡੀ ਕਾਹਦੀ ਆ ਕਿ ਛੋਟੂ ਵੀਰ ਕੋ ਮੈਂ ਸੌਦੇ ਲੈ ਲਏ, ਛੋਟੂ ਵੀਰ ਜਾਂ ਛੋਟੂ ਵੀਰ ਨੇ ਮੈਨੂੰ ਮਸ਼ੀਨ ਦੇ ਦਿੱਤੀ ਆ, ਜਾਂ ਇੱਕ ਥਰਮਾਹ ਦਿੱਤਾ, ਉੱਥੋਂ ਮੇਰੇ ਘਰ ਕਲਿਆਣ ਪੈ ਗਿਆ। ਕਿਆ ਵੀ ਇਹ ਜਿਹੜੇ ਇੰਨੇ ਯੂਟਿਊਬਰ ਆ, ਮੈਨੂੰ ਤਾਂ 4 ਮਹੀਨੇ ਯੂਟਿਊਬ ਬਣਾਏ ਨੂੰ, ਅਤੇ ਪਹਿਲੇ ਮੇਰੇ ਘਰ ਇਹ ਆਏ ਆ।
ਜਾਂ ਸਾਨੂੰ ਆਪੀਆਂ ਨੇ ਸ਼ਬੀਰ ਭਾਈ ਦੇ ਹੱਥ ਜਾਂ ਉਹ ਦੂਸਰੇ ਦੇ ਹੱਥ ਸਭ ਪੈਸੇ ਭੇਜੇ ਆ ਕੀ ਨਾ ਉਹਦਾ ਆਪਦੇ ਨਾਲ ਭੇਜੇ ਸ਼ਬੀਰ ਨਾਲ ਭੇਜੇ ਸਾਨੂੰ ਕਿਸੇ ਨੇ ਡਾਇਰੈਕਟ ਪੈਸਾ ਨਹੀਂ ਤੱਕ ਭੇਜਿਆ ਕਿਸੇ ਨੇ ਰੁਪਈਆ ਨਹੀਂ ਭੇਜਿਆ ਤੇ ਮੈਂ ਨਹੀਂ ਲੈਣੇ ਕਿਸੇ ਕੋਈ ਪੈਸੇ ਕਿਉਂ ਲਵਾਂ ਜਦੋਂ ਮੈਂ ਇੱਡਾ ਸੇਠ ਹਾਂ ਮੈਨੂੰ ਇਹ ਕਹਿੰਦੇ ਆ ਇਹਨਾਂ ਨੂੰ ਇਹ ਪੁੱਛੋ ਵੀ ਇਹ ਜੇ ਮੈਨੂੰ ਕਹਿੰਦੇ 2.5 ਕਿੱਲੇ ਰਕਬਾ ਇਹਦਾ ਆਪਣਾ ਇਹਦੇ 2.5 ਕਿੱਲੇ ਇਹਨਾਂ ਦੇ ਕਿੱਥੇ 2.5 ਕਿੱਲੇ ਮੇਰੇ ਇਕੱਲੇ ਦੇ ਕਿੱਦਾਂ ਹੋ ਗਏ 2.5 ਕਿੱਲੇ ਇਹਨਾਂ ਨੇ ਮੈਨੂੰ ਮਾਲਕ ਬਣਾ ਦਿੱਤਾ 2.5 ਕਿੱਲਿਆਂ ਦਾ ਦੁਸ਼ਮਣੀ ਨਹੀਂ ਤੇ ਹੋਰ ਕੀ ਆ ਹਾਂਜੀ ਇਦਾਂ ਹੀ ਦੁਸ਼ਮਣੀ ਦੂਸਰੇ ਖਾਂਦੇ ਪੀਂਦੇ ਉਹਨਾਂ ਵਾਸਤੇ ਕਿਉਂ ਨਹੀਂ ਵੀਡੀਓ ਬਣੀਆਂ ਹਾਂਜੀ ਜਿਨ੍ਹਾਂ ਦੇ ਘਰ ਭਰ ਦੇ ਤੇਲਾਂ ਉਹਨਾਂ ਭੈਣਾਂ ਨੂੰ ਤਾਂ ਆਪ ਹੀ ਇਹ ਮੈਨੂੰ ਦੇ ਕੇ ਆਪ ਹੀ ਮੇਰੇ ਖਿਲਾਫ ਵੀਡੀਓ ਬਣਾਈ ਜਾਂਦੇ ਆ ਆਪ ਹੀ ਮੈਨੂੰ ਮੈਂ ਤਿੰਨਾਂ ਬੰਦਿਆਂ ਨੂੰ ਪੁੱਛ ਕੇ ਫਿਰ ਸੌਦੇ ਲਏ ਆ ਕਿ ਯਾਰ ਕੋਈ ਰੌਲਾ ਤੇ ਨਾ ਬਣੋ ਇਹਨਾਂ ਨੇ ਕਹਿੰਦੇ ਨਹੀਂ ਸੌਦਾ ਲੈ ਲੈ ਯਾਰ ਤੂੰ ਭਾਜੀ ਨਹੀਂ ਨਾਲੇ ਛੋਟੂ ਵੀਰ ਦੀ ਇਹਨਾਂ ਦੀ ਲੜਾਈ ਹੈ ਤੇ ਆਪਣੇ ਘਰ ਰੱਖੇ ਨਾ ਛੋਟੂ ਵੀਰ ਦੀ ਲੜਾਈ ਸੀ ਤੇ ਆਪਣੇ ਘਰ ਰੱਖਦੇ ਜਦੋਂ ਮੇਰੇ ਘਰ ਆ ਗਿਆ ਅੱਜ ਤੱਕ ਛੋਟੂ ਵੀਰ ਇੱਥੇ ਨਹੀਂ ਤੁਰਿਆ ਫਿਰਦਾ ਉਹ ਸਾਡਾ ਭਾਣਜਾ ਵਾ ਸਾਡਾ ਭਤੀਜਾ ਵਾ ਉਹਦੇ ਕੋਲ ਸਾਰਾ ਤਾਂ ਵੇਖ ਕੇ ਸਾਰੇ ਆਪਸ ਵਿੱਚ ਰਿਸ਼ਤੇਦਾਰ ਦੇਖੋ ਜੀ ਛੋਟੂ ਵੀਰ ਅੱਗੇ ਅੱਜ ਤੱਕ ਇੱਥੇ ਹੀ ਰਿਹਾ ਹਾਂਜੀ ਚਸਤ ਤਾਂ ਸੀ ਵੀ ਜੇ ਮੇਰੇ ਤੋਂ ਪਹਿਲਾਂ ਛੋਟੂ ਵੀਰ ਦੇ ਖਿਲਾਫ ਵੀਡੀਓ ਬਣਾਈਆਂ ਹਾਂਜੀ ਹੈਂ ਉਹਨੂੰ ਬੁਰਾ ਭਲਾ ਕਿਹਾ ਜੇ ਮੇਰੇ ਤੋਂ ਪਹਿਲਾਂ ਇਹ ਛੋਟੂ ਨੂੰ ਨਹੀਂ ਕਿਹਾ ਜੋ ਕਿਹਾ ਇਹ ਸਾਨੂੰ ਕਿਹਾ ਜੋ ਕਿਹਾ ਗਿਆ ਛੋਟੂ ਨੂੰ ਨਹੀਂ ਕਿਹਾ ਗਿਆ ਇਹ ਮੈਨੂੰ ਕਿਹਾ ਗਿਆ ਸਾਨੂੰ ਕਿਹਾ ਗਿਆ ਇਸ ਘਰ ਨੂੰ ਕਿਹਾ ਗਿਆ ਕਿਉਂ ਕਿਹਾ ਗਿਆ ਕਿ ਛੋਟੂ ਵੀਰ ਸੌਦੇ ਮੇਰੇ ਘਰ ਲੈ ਕੇ ਆਇਆ ਤਕਲੀਫ ਤੇ ਕੋਈ ਬੰਦਾ ਮੈਂ ਹੀ ਕਿਸੇ ਦੇ ਘਰ ਮਹਿਮਾਨ ਚਲੇ ਜਾਂਦਾ ਅਗਲੇ ਦੇ ਘਰ ਜਾਂਦਾ ਉੱਥੇ ਕੋ ਮੇਰੇ ਬੰਦਾ ਹੱਥੀ ਪੈ ਜਾਂਦਾ ਤੇ ਮੇਰੇ ਨਹੀਂ ਉਹ ਪਿਆ ਉਹ ਜਿਹਦੇ ਮੈਂ ਘਰ ਗਿਆ ਉਹਦੇ ਹੱਥੀ ਪਿਆ ਹਾਂਜੀ ਜੇ ਕੋ ਮੈਨੂੰ ਗਾਲ ਬੰਦਾ ਕੱਢਦਾ ਤੇ ਜਿਹਨੇ ਮੈਂ ਘਰ ਗਿਆ ਉਹਨੂੰ ਕੱਢਦਾ ਮੈਨੂੰ ਨਹੀਂ ਉਹ ਕੱਢਦਾ ਛੋਟੂ ਵੀਰ ਮੇਰੇ ਘਰ ਆਇਆ ਸੌਦੇ ਲੈ ਕੇ ਮੈਂ ਹਲਕੇ ਪੁੱਛ ਕੇ ਸਭ ਕੁਝ ਫੇਰ ਕੀਤਾ ਤੇ ਛੋਟੂ ਵੀਰ ਨੂੰ ਉਹ ਕੁਛ ਵੀ ਨਹੀਂ ਕਹਿ ਰਹੇ ਨਹੀਂ 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 ਛੋਟੂ ਵੀਰ ਦੇ ਨਹੀਂ ਉਹ ਸਭ ਜੋ ਕਹਿ ਰਹੇ ਆ ਮੈਨੂੰ ਕਹਿ ਰਹੇ ਇਸ਼ਾਰਿਆਂ ਤੇ ਬਿਠਾ ਰਹੇ ਜੁੱਤੀਆਂ ਦਿਖਾ ਰਹੇ ਜੋ ਜੋ ਕੁਛ ਕਰ ਰਹੇ ਮੈਨੂੰ ਉਹ ਕਰ ਰਹੇ ਮਗਰ ਜੇ ਤਾੜੀਆਂ ਵੱਜਦੀਆਂ ਹੱਸਦੇ ਪਏ ਆ ਬੱਲੇ ਵੀ ਬੱਲੇ ਜੇ ਮੈਂ ਪੱਠੇ ਲੜ ਜਾਂਦਾ ਮੈਨੂੰ ਵੇਖ ਕੇ ਤਾਂ ਵੀ ਟਿਚਰਾ ਕਰਦੇ ਹੱਸਦੇ ਮੁਸ਼ਕਰੀਆਂ ਹੱਸਦੇ ਕਦੀ ਕੁਛ ਕਰਦੇ ਕਦੀ ਕੁਛ ਜੇ ਮੈਨੂੰ ਆਬਦ ਨੇ ਮਿਲਾਦ ਤੇ ਸੱਦਿਆ ਮੈਂ ਬੱਚੇ ਛੱਡ ਕੇ ਮੋੜ ਆਇਆ ਮੈਂ ਆਪਣੀਆਂ ਬੇਟੀਆਂ ਬੱਟੇ ਛੱਡ ਕੇ ਮੋੜਿਆ ਮੈਂ ਕਿਹਾ ਮੈਂ ਮਿਲਾਦ ਤੇ ਨਹੀਂ ਬਹਿਣਾ ਇੱਥੇ ਕੋਈ ਨਵਾਂ ਕੰਮ ਨਾ ਹੋ ਜੇ ਮੈਂ ਜਦੋਂ ਮੁੜ ਕੇ ਆਇਆ ਮੈਨੂੰ ਫਿਰ ਆਬਦ ਨੇ ਸ਼ਾਹਦ ਨੇ ਆਵਾਜ਼ ਮਾਰੀ ਕਿ ਮੰਮਾ ਕਿੱਥੇ ਚੱਲਿਆ ਮੈਂ ਕਿਹਾ ਮੈਂ ਯਾਰ ਘਰ ਚੱਲਿਆ ਉਹਨੇ ਕਿਹਾ ਨਹੀਂ ਤੂੰ ਇੱਧਰ ਆ ਅੱਛਾ ਮੈਂ ਕਿਹਾ ਮੈਂ ਕੱਪੜੇ ਚੇਂਜ ਕਰਕੇ ਆਉਂਦਾ ਮੈਂ ਹੁਣ ਵੀ ਕੱਪੜੇ ਆਪਣੇ ਮਾਲ ਦੇ ਆ ਪੱਠੇ ਦੱਤੇ ਪਾਏ ਸਾਰਾ ਪੱਠੇ ਵੜਦਾ ਆਇਆ ਆਪਣੇ ਮਾਲ ਦਾ ਚਾਰਾ ਲੈ ਕੇ ਆਇਆ ਹਜੇ ਮੈਂ ਸ਼ਰੀਰ ਲੈਣ ਹਜੇ ਮੈਂ ਸ਼ਰੀਰ ਲੈਣ ਜਿਹੜਾ ਮਜ਼ਦੂਰੀ ਕਰਦਾ ਇਨਸ਼ਾਅੱਲਾ ਇਨਸ਼ਾਅੱਲਾ ਇਹਨਾਂ ਹੱਥਾਂ ਦੀ ਮਜ਼ਦੂਰੀ ਕਰਦਾ ਮੈਂ ਅੱਲਾਹ ਪਾਕ ਨੇ ਬੜਾ ਦਿੱਤਾ ਵਾ ਸ਼ੁਕਰ ਆ ਉਹਦੀ ਜ਼ਾਤ ਦਾ ਬੜਾ ਹੀ ਦਿੱਤਾ ਵਾ ਅੱਲਾਹ ਪਾਕ ਅਲਹਮਦੁਲਿਲਾ ਅੱਲਾਹ ਹਰ ਕਿਸੇ ਨੂੰ ਦਵੇ ਅੱਲਾਹ ਹਰ ਕਿਸੇ ਨੂੰ ਦਵੇ ਤੇ ਕਿਸੇ ਨੂੰ ਲੋੜ ਦੀ ਥੋੜ ਨਾ ਦਵੇ ਤੇ ਜਿਹੜੇ ਕਿਸੇ ਦੇ ਖਿਆਲ ਰੱਖਦੇ ਅੱਲਾਹ ਜੀ ਤੇ ਅੱਲਾਹ ਸਾਰਿਆਂ ਨੂੰ ਸਿਹਤ ਵੀ ਜਦ ਦਵੇ ਅੱਲਾਹ ਖੈਰ ਕਰੇ ਤੇ ਮੇਰੇ ਆ ਬੱਚੇ ਸਾਰੇ ਬਿਮਾਰ ਆ ਹਾਂਜੀ ਡਾਕਟਰ ਰੋਜ਼ ਆਉਂਦਾ ਕਦੀ ਕਿਸੇ ਨੇ ਨਹੀਂ ਪੁੱਛਿਆ ਆਣ ਕੇ ਵੀ ਭਾਜੀ ਤੇਰੇ ਬੱਚੇ ਬਿਮਾਰ ਆ ਜਾਂ ਕੋਈ ਹੁੰਦੀ ਹੈ ਨਾ ਵੀ ਤੇਰੇ ਘਰ ਰੋਜ਼ ਡਾਕਟਰ ਆਉਂਦਾ ਆਣ ਗੁਆਣੀ ਮੇਰੇ ਰਿਸ਼ਤੇਦਾਰ ਰਹਿੰਦੇ ਆ ਆਸੇ ਪਾਸੇ ਸਾਰੇ ਮੈਂ ਚੱਕ ਦੇ ਵਿਚਾਲੇ ਬੈਠਾ ਉਹ ਸ਼ਬੀਰ ਭਾਈ ਦੱਸਿਆ ਹੋਊਗਾ ਤੁਹਾਨੂੰ ਸਾਡਾ ਸਿਰਫ 2 ਕਿੱਲੇ ਘਰ ਤੋਂ ਡੇਰਾ ਸਾਡਾ ਘਰ ਹਾਂਜੀ ਦੂਰ ਤੇ ਕਿਸੇ ਨੇ ਨਹੀਂ ਪੁੱਛਿਆ ਬੇਟੀਆਂ ਮੇਰੀ ਲੱਤਾਂ ਵੀ ਖਲੋ ਗਈਆਂ ਬਾਹਰ ਮੈਂ ਆਪ ਠੀਕ ਹੋ ਜੋ ਵੀ ਹੈ ਅੱਲਾ ਦੀ ਦੇਣ ਉਹ ਦੁੱਖ ਮੁਸੀਬਤ ਇੱਕ ਜ਼ਕਾਤ ਆ ਜਿਸਮ ਦੀ ਬਹਾਰ ਦੇ ਅੱਲਾ ਖੈਰ ਕਰੂਗਾ ਅੱਲਾ ਤਾਲ ਨੂੰ ਸੀ ਦਊਗਾ ਉਹ ਅੱਲਾ ਪਾਕ ਨੇ ਦੇਣੀ ਮਦੀਨੇ ਵਾਲਾ ਦਾ ਸਦਕਾ ਅਸੀਂ ਤਾਂ ਬਹੁਤ ਗੁਨੇਗਾਰ ਹਾਂ ਅਸੀਂ ਤਾਂ ਉਹਦੇ ਤੇ ਸ਼ੁਕੀ ਛਟੀਆਂ ਡੋਰੀਆਂ ਵੀ ਜੋ ਫੈਸਲਾ ਕਰਨਾ ਤੂੰ ਕਰਨਾ ਮਾਲਕਾ ਤੂੰ ਹੀ ਕਰਨਾ ਤੇ ਦੇਖੋ ਜੀ ਉੱਥੇ ਮੈਂ ਬੈਠਾ ਸੀ ਮਿਲਾਦ ਤੇ ਉੱਥੇ ਵੀ ਤਾਰਾ ਰੋਟੀ ਖਾ ਕੇ ਨਿਕਲੀ ਤੇ ਮੈਂ ਮਗਰ ਬਲਾਲ ਕੁਰਸੀ ਲਾ ਕੇ ਬੈਠਾ ਸੀ ਮੈਂ ਅੱਗੇ ਕੁਰਸੀ ਤੇ ਬੈਠਾ ਸੀ ਤਾਰਾ ਨਿਕਲੀ ਤੇ ਲੋਰੀ ਭਾਈ ਨੇ ਇਹ ਗੱਲ ਕਹੀ ਕਿ ਮਾਸੀ ਰੋਟੀ ਰੱਜ ਕੇ ਖਾ ਲਈ ਹਾਂਜੀ ਤੇ ਬਲਾਲ ਨੇ ਅੱਗੋਂ ਇਹ ਸਬਕ ਦਿੱਤਾ ਉਹਨੂੰ ਕਿ ਜੇ ਭੁੱਖੇ ਘਰ ਦੀ ਆ ਤੇ ਰੋਟੀ ਰੱਜ ਕੇ ਖਾਣੀ ਸੀ ਦੱਸੋ ਇਹ ਸ਼ਰਾਰਤ ਨਹੀਂ ਤੇ ਹੋਰ ਕੀ ਆ ਹਰ ਮੋੜ ਤੇ ਹਰ ਮੋੜ ਤੇ ਬੰਦਾ ਮੇਰੇ ਨਾਲ ਸ਼ਰਾਰਤ ਕਰ ਰਿਹਾ ਹਰ ਮੋੜ ਤੇ ਸ਼ਰਾਰਤ ਕਰਦਾ ਝੂਠਾ ਫਿਰ ਵੀ ਮੈਂ ਹੀ ਆ ਹਾਂਜੀ ਝੂਠਾ ਮੈਂ ਹੀ ਹਾਂ ਹੁਣ ਮੈਂ ਦੱਸਿਆ ਕਿ ਨਵਰ ਇਸ ਗੱਲ ਦਾ ਗਵਾਹ ਕਿ ਨੇ ਮੇਰੇ ਬੱਚੇ ਨਾਲ ਜ਼ਿਆਦਤੀ ਕੀਤੀ ਉਹਨੂੰ ਕਾਤਲਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਵੀ ਮੇਰੇ ਗਲ ਪਊਗਾ ਅਸੀਂ ਖਿੱਚ ਕੇ ਅੰਦਰ ਕਰ ਲਾਂਗੇ ਅਸੀਂ ਜੋ ਮਰਜ਼ੀ ਕਰਾਂਗੇ ਸਾਡਾ ਉਹ ਗੱਲ ਉੱਤੇ ਹੋ ਗਈ ਉਹਦਾ ਭਲਾ ਹੋਵੇ ਉਹ ਚੁੱਪ ਕਰਕੇ ਚਲਾ ਗਿਆ ਸੁਣ ਕੇ ਚਲਾ ਗਿਆ ਤੇ ਆਹ ਗੱਲ ਕੀਤੀ ਵੀ ਇਹ ਬੋਲੂਗਾ ਇਹਨਾਂ ਦਾ ਮਲਾਦ ਖਰਾਬ ਹੋਊਗਾ ਹਾਂਜੀ ਮੈਂ ਉਹ ਵੀ ਗੱਲ ਬਰਦਾਸ਼ਤ ਕਰਕੇ ਚੁੱਪ ਕਰਕੇ ਗਿਆ ਇਹ ਲੋਰੀ ਭਾਈ ਗਵਾ ਉਸ ਗੱਲ ਦਾ ਮਨਵਰ ਭਾਈ ਗਵਾ ਝੂਠ ਕੋਈ ਨਹੀਂ ਗਵਾਹ ਦੇ ਰਿਹਾ ਨਾ ਦੱਸ ਰਿਹਾ ਮੈਂ ਵਿੱਚ ਹਾਂਜੀ ਮੈਂ ਨਾ ਦੱਸ ਰਿਹਾ ਉਹਨਾਂ ਨੂੰ ਪੁੱਛ ਸਕਦੇ ਕਿ ਗੱਲਾਂ ਇਦਾਂ ਹੀ ਆ ਮੈਂ ਝੂਠ ਤੇ ਨਹੀਂ ਬੋਲਦਾ ਕਿਸੇ ਗੱਲ ਦੇ ਵਿੱਚ ਹਾਂਜੀ ਤੇ ਏਡੀਆਂ ਜ਼ਿਆਦਤੀਆਂ ਫਿਰ ਵੀ ਮੈਂ ਝੂਠਾਂ ਆਪਣਾ ਖੂਨ ਹੋ ਕੇ ਫਿਰ ਵੀ ਮੈਂ ਝੂਠਾਂ ਉਹ ਗੈਰ ਤੇ ਨਹੀਂ ਹੈਗਾ ਉਹ ਕੋਈ ਗੈਰ ਤਾਂ ਨਹੀਂ ਹੈਗਾ ਤੂੰ ਦੁਸ਼ਮਣਾਂ ਨਾਲ ਇਦਾਂ ਤੇ ਦੁਸ਼ਮਣ ਵੀ ਨਹੀਂ ਜਿਹੜੇ ਦੁਸ਼ਮਣ ਆ ਨਾ ਉਹ ਵੀ ਕਹਿੰਦੇ ਆਪਣੇ ਹੀ ਕਰਦੇ ਆਪਣੇ ਉਹ ਮਾਰੂ ਤੇ ਧੁੱਪੇ ਨਹੀਂ ਸਿੱਟੂ ਛਾਂ ਤੇ ਸਿੱਟੂ ਮੈਂ ਕਹਿੰਦਾ ਜਿਹੜਾ ਗੈਰ ਉਹ ਮਾਰ ਕੇ ਛਾਂ ਤੇ ਸਿੱਟੂ ਜਿਹੜਾ ਆਪਣਾ ਭੈਣ ਚੋਂ ਅੱਗ ਵੇ ਸਿੱਟੂ ਵੀ ਇਹ ਦੁਬਾਰਾ ਹਿੱਲਣ ਜੋਗਾ ਨਾ ਰਹੇ ਆਪਣੇ ਇਹੋ ਜਿਹੇ ਆ ਤੇ ਮੇਰਾ ਅੱਲਾ ਨਾ ਮਾਰੇ
ਹੁਣ ਮੈਂ ਹੱਥ ਲੈ ਖੋਲ ਹਾਂਜੀ ਹੁਣ ਮੈਂ ਵੇਖਦਾ ਵੀ ਕਿਹੜਾ ਸਾਨ ਮੇਰੇ ਰਾਜ ਬੱਚਿਆਂ ਨੂੰ ਰੱਖਦਾ ਤੇ ਮੈਂ ਜੋ ਕੁਛ ਕਰਨਾ ਸੀ ਤੁਸੀਂ ਕਰ ਲਿਆ ਹੁਣ ਮੇਰੀ ਵਾਰੀ ਆ ਨਹੀਂ ਜੋ ਜੋ ਕੁਛ ਕਿਹਾ ਤੂੰ ਉਸ ਮੇਰੇ ਭਾਣਜੇ ਦੀ ਖਾਤਰ ਵੀਡੀਓ ਵੀ ਬਣਾ ਦਿੱਤੀ ਵੀਡੀਓ ਵੀ ਹਾਂ ਮੈਂ ਛੋਟੂ ਭਾਈ ਦੀ ਵੀਡੀਓ ਬਣਾਤੀ ਦੂਸਰੇ ਦੀ ਹਾਂ ਵੀ ਸਿਲਾ ਤੈਨੂੰ ਕੀ ਮਿਲਿਆ ਤੇਰੇ ਬੱਚੇ ਨੂੰ ਫੇਰ ਮੇਰੇ ਬੱਚੇ ਨੂੰ ਕਤਲ ਕਰਾ ਛੋਟੂ ਭਾਈ ਦੇ ਖਿਲਾਫ ਵੀਡੀਓ ਬਣਵਾਤੀ ਵੀ ਤੂੰ ਛੋੜ ਲੈ ਕੇ ਨਾ ਸਾਡੇ ਨਾ ਲੈ ਅਸੀਂ ਫੇਰ ਤੇ ਨਾ ਰਾਜੀ ਛੋਟੂ ਭਾਈ ਨੂੰ ਘਰੋਂ ਮਨਾ ਕਰ ਅਸੀਂ ਤੇਰੇ ਤੇ ਫੇਰ ਰਾਜੀ ਆ ਵੀਡੀਓ ਤਾਂ ਫੇਰ ਵੀ ਬਣਦੀਆਂ ਪਈਆਂ ਹਾਂਜੀ ਮੈਂ ਮਨਾ ਨਹੀਂ ਕਰਤਾ ਵੀਡੀਓ 'ਚ ਵੀ ਕਹਿਤਾ ਵੇਖ ਲਓ ਕਦੀ ਕਿਸੇ ਨੇ ਆਪਣੇ ਕੋਲ ਚੱਕ ਕੇ ਕਿਸੇ ਦੇ ਅੱਗੇ ਨਹੀਂ ਰੱਖੀ ਤੇ ਮੇਰਾ ਹੌਸਲਾ ਵੇਖ ਲਓ ਕਿ ਮੈਂ ਛੋਟੂ ਭਾਈ ਨੂੰ ਮਨਾ ਕਰਤਾ ਨਹੀਂ ਤਾਂ ਮੇਰੇ ਘਰ ਮੈਂ ਜਿਹੜਾ ਲਾਲਚੀ ਹੁੰਦਾ ਮੈਨੂੰ ਢਿੱਡ ਵੀ ਮੈਨੂੰ ਢਿੱਡ ਲੱਗਾ ਸਭ ਕੁਝ ਲੱਗਾ ਮੈਨੂੰ ਮੇਰੇ ਘਰ ਦੇਖੋ ਆਪ ਹੀ ਨੇ ਮਸ਼ੀਨ ਭੇਜੀ ਥਰਮਾਸ ਭੇਜੇ ਕੱਪ ਭੇਜੇ ਬੈਲਟ ਭੇਜਿਆ ਔਰ ਮੈਨੂੰ ਸੌਦੇ ਵੀ ਭੇਜੇ ਉਹਨੇ ਲੈ ਕੇ ਅੱਲਾ ਉਹਨੂੰ ਤੰਦਰੁਸਤੀ ਦੇਵੇ ਆਈ ਸਮਝ ਅੱਲਾ ਉਹਦੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ ਤੇ ਹਰ ਅੱਲਾ ਪਾਕ ਆਪਣਾ ਸਾਇਆ ਉਹਦੇ ਉੱਤੇ ਵੀ ਰੱਖੇ ਜਿਹਨਾਂ ਆਪਣੀ ਦੂਜਿਆਂ ਨੇ ਭੇਜਿਆ ਉਹਨਾਂ ਤੇ ਵੀ ਰੱਬ ਸਾਇਆ ਰੱਖੇ ਮਗਰ ਨਸਾਫ ਕਰਨਾ ਚਾਹੀਦਾ ਗੱਲ ਦਾ ਕਿ ਦੇਖੋ ਕਿ ਮੈਨੂੰ ਜੋ ਜੋ ਇਹਨਾਂ ਨੇ ਕਿਹਾ ਮੈਂ ਹਰ ਗੱਲ ਇਹਨਾਂ ਦੀ ਮੰਨੀ ਆ ਰਿਹਾ ਜੋ ਜੋ ਕਿਹਾ ਇਹਨਾਂ ਨੇ ਮੈਂ ਹਰ ਗੱਲ ਮੰਨੀ ਆ ਰਿਹਾ ਇਹਨਾਂ ਨੇ ਕਿਹਾ ਛੋਟੂ ਭਾਈ ਨੂੰ ਮਨਾ ਕਰਦੇ ਸੌਦੇ ਵੀ ਮੈਂ ਇਹਨਾਂ ਦੇ ਕਹਿਣ ਤੇ ਲੈ ਛੋਟੂ ਭਾਈ ਨੂੰ ਮਨਾ ਵੀ ਕਰ ਦਿੱਤਾ ਮੈਂ ਕਰੋ ਵੀਡੀਓ ਇਹਨਾਂ ਨੇ ਬਣਾ ਦੇ ਮੈਂ ਵੀਡੀਓ ਵੀ ਬਣਾਤੀ ਛੋਟੂ ਭਾਈ ਦੇ ਖਿਲਾਫ ਤੇ ਮੇਰੇ ਨਾਲ ਦੁਸ਼ਮਣੀ ਫੇਰ ਉਦਾਂ ਹੀ ਬੱਚਾ ਸਾਡਾ ਫੇਰ ਕਤਲ ਕਰਨ ਲੱਗਾ ਦੁਸ਼ਮਣੀ ਫੇਰ ਮੇਰੇ ਨਾਲ ਉਹ ਹੀ ਚੱਲ ਰਹੀ ਆ ਅੱਗੇ ਨਾਲੋਂ ਵੀ ਵੱਧ ਚੱਲ ਰਹੀ ਆ ਹਾਂਜੀ ਮੇਰੇ ਬੱਚਿਆਂ ਨੂੰ ਡੱਕ ਕੇ ਤੇ ਬਹਾਨੇ ਨਾਲ ਸਾਦੇ ਵੀ ਅੰਦਰ ਵੜ ਜਾਣਗੇ ਸਾਡੇ ਹਾਂਜੀ ਜੇ ਅਸੀਂ ਫਿਰ ਜੋ ਕਰਾਂਗੇ ਇਹ ਫਿਰ ਥੱਲੇ ਹੋਣਗੇ ਅਸੀਂ ਤੱਕ ਰਾਵਾਂਗੇ ਅਸੀਂ ਇਹਨਾਂ ਨੇ ਮੇਰੇ ਬੱਚੇ ਮਾਰਨਾ ਸੀ ਮੈਂ ਸਿੱਧੀ ਗੱਲ ਦੱਸਦਾ ਇਹਨਾਂ ਨੇ ਕਾਤਲਾਂ ਨਾਲ ਹਮਲ ਕੀਤਾ ਇਹਨਾਂ ਜਿਹੜੇ ਬੰਦੇ ਰਲੇ ਫਿਰਦੇ ਮੈਨੂੰ ਸਾਰਾ ਪਤਾ ਜਿੰਨੇ ਬੰਦੇ ਰਲੇ ਫਿਰਦੇ ਮੈਨੂੰ ਉਹਨਾਂ ਦਾ ਪਤਾ ਟੋਲਾ ਬਣਿਆ ਹੋਇਆ ਤੇ ਮੈਂ ਤਾਂ ਭਾਈ ਤਨਹਾ ਤੇ ਤਨਹਾ ਦਾ ਹੁੰਦਾ ਅੱਲਾ ਇਕੱਲਾ ਤੇ ਇਕੱਲੇ ਦਾ ਅੱਲਾ ਬਸ ਕਿਉਂਕਿ ਉਹਨਾਂ ਨੇ ਤਾਂ ਭਰਾਵਾਂ ਨੂੰ ਤਾਂ ਬੇਦਖਲ ਕਰ ਦਿੱਤਾ ਨਾ ਭਰਾਵਾਂ ਸਾਰਿਆਂ ਨੇ ਬੇਦਖਲ ਕਰਤਾ ਉਹਨਾਂ ਨੇ ਕਿਹਾ ਮਾਂ ਪਿਓ ਤੇ ਭੈਣ ਭਰਾਵਾਂ ਸਾਡੀ ਰਹਿਣ ਨਾਲ ਅਸੀਂ ਤੈਨੂੰ ਬੇਦਖਲ ਕਰ ਦਿੱਤਾ ਗਿਆ ਠੀਕ ਹੋ ਗਿਆ ਅੱਲਾ ਭਲਾ ਕਰੇ ਕੋਈ ਨਹੀਂ ਜਿੰਨਾ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਅੱਲਾ ਹੁੰਦਾ ਕੋਈ ਮੈਂ ਉਹ ਤੁਸੀਂ ਨਹੀਂ ਹੈਗੇ ਤੇ ਕੋਈ ਗੱਲ ਨਹੀਂ ਨਾ ਮੈਂ ਤੁਹਾਨੂੰ ਖਾਣ ਨੂੰ ਦਿੰਦਾ ਸੀ ਹਾਂਜੀ ਤੇ ਨਾ ਤੁਸੀਂ ਮੈਨੂੰ ਖਾਣ ਨੂੰ ਦਿੰਦੇ ਮੇਰਾ ਭਰਾ ਹਾਂਜੀ ਬੇਦਖਲ ਕਰਤਾ ਤੇ ਕੀ ਹੋ ਗਿਆ ਹਾਂਜੀ ਜਿੰਨਾ ਦਾ ਕੋਈ ਨਹੀਂ ਹੁੰਦਾ ਉਹ ਜਿਹੜੇ ਲਾਵਾਰਸ ਲੂੜੀਆਂ ਦੇ ਪਏ ਹੁੰਦੇ ਉਹਨਾਂ ਨੂੰ ਚੱਕ ਕੇ ਲੋਕ ਪਾਲ ਨਹੀਂ ਲੈਂਦੇ ਨਾ 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 ਬੜਾ ਇਹਨਾਂ ਨੇ ਬੁਰਾ ਕੀਤਾ ਮੇਰੇ ਬੱਚੇ ਨਾਲ ਕੋਈ ਗੱਲ ਨਹੀਂ ਕੀਤਾ ਅੱਲਾ ਪਾਕ ਨੂੰ ਸੇਧ ਦੇਵੇ ਭਜਦਿਆਂ ਨੂੰ ਆਣ ਇੱਕੋ ਜੇ ਮੇਰਾ ਸ਼ੇਰ ਹਾਂਜੀ ਟੈਨਸ਼ਨ ਨਹੀਂ ਲੈਣੀ ਤੁਹਾਡੀਆਂ ਵਾਗਾ ਕੰਨੀ ਤੇ ਹਾਂਜੀ ਤੁਹਾਡੀਆਂ ਵਾਗਾ ਕੰਨੀ ਤੇ ਹਾਂਜੀ ਛੱਡ ਦਿੱਤੀਆਂ ਹੁਣ ਤੁਹਾਨੂੰ ਇਜਾਜ਼ਤ ਤਾਂ ਜੋ ਜੋ ਤੁਹਾਡੇ ਕੋਲ ਹੁੰਦਾ ਹੁਣ ਤੁਹਾਡੇ ਕੋਲ ਜੋ ਜੋ ਹੁੰਦਾ ਤੁਸੀਂ ਕਰੋ ਜੋ ਮੇਰੇ ਕੋਲ ਹੋਊ ਹੁਣ ਮੈਂ ਕਰੂੰ ਤੁਸੀਂ ਵੇਖੋਗੇ ਇਨਸ਼ਾਅੱਲਾ ਵੀ ਆਊਗਾ ਮੇਰਾ ਇਨਸ਼ਾਅੱਲਾ ਇਸ ਮਾਸੀ ਮੈਂ ਛੋਟੀ ਵੀਰ ਨੂੰ ਹੁਣ ਸੱਦੂਗਾ ਤੇ ਜਿਹੜਾ ਮਾਈ ਦਾ ਲਾਲ ਨਾ ਛੋਟੂ ਵੀਰ ਨਾਲ ਵੇਖੂਗਾ ਅੱਖ ਚੱਕ ਕੇ ਉਹ ਫਿਰ ਵੇਖ ਲੂਗਾ ਮੈਂ ਵੇਖੂ ਕੌਣ ਦੇਖਦਾ ਛੋਟੂ ਵੀਰ ਨਾਲ ਜਿਹੜੇ ਕਹਿੰਦੇ ਨਾ ਅਸੀਂ ਅੱਜ ਕਰ ਦਾਂਗੇ ਤੁਸੀਂ ਅੱਜ ਕਰ ਦਾਂਗੇ ਤੁਸੀਂ ਅੱਜ ਕਰ ਉਹ ਫਿਰ ਦੇਖੀ ਜਾਊ ਜਾਂ ਉਹ ਨਹੀਂ ਜਾ ਸੀ ਜਾਂ ਉਹ ਨਹੀਂ ਜਾਂ ਫਿਰ ਅਸੀਂ ਨਹੀਂ ਬਸ ਗੱਲ ਇੱਕੋ ਹੀ ਆਪਣੇ ਕੋਲ ਬਹੁਤੀਆਂ ਗੱਲਾਂ ਹੈ ਨਹੀਂ ਐਵੇਂ ਕਹਿੰਦੇ ਵੀ ਜਿਹੜੇ ਗਸਤੇ ਆ ਉਹ ਗੜਕਦੇ ਨਹੀਂ ਆਈ ਸਮਝ ਤੇ ਮਗਰ ਮੈਨੂੰ ਬੜਾ ਦੁੱਖ ਆ ਕਿ ਮੇਰਾ ਜਨਾਜ਼ਾ ਇਸ ਬੰਦੇ ਨੇ ਡਕਾਤਾ ਤੇ ਮੈਂ ਜਨਾਜ਼ਾ ਛੁਡਵਾਤਾ ਭੈਣ ਭਰਾਵਾਂ ਦੀਆਂ ਮੈਂ ਗੱਲਾਂ ਸੁਣੀਆਂ ਕਿ ਤੈਨੂੰ ਕਾਹਦੀ ਐਡੀ ਕਾਲੀ ਸੀ ਤੇਰੀ ਅੱਗ ਲੱਗੀ ਸੀ ਤੂੰ ਜਨਾਜ਼ਾ ਵੀ ਨਹੀਂ ਪੜਿਆ ਤੁਸੀਂ ਦੋਨਾਂ ਜੀਆਂ ਨੇ ਮੋਟਰਸਾਈਕਲ ਤੇ ਚੜੇ ਤੇ ਚਲੇ ਗਏ ਸਾਡੀ ਇਹ ਨਹੀਂ ਪਤਾ ਕਿ ਸਾਡੀ ਮਜਬੂਰੀ ਆ ਬਣੀ ਵੀ ਇਹ ਤੇ ਚਲੋ ਦੁਨੀਆ ਦੇ ਅੱਲਾ ਨੂੰ ਪਿਆਰੀ ਹੋ ਗਈ ਉਹ ਸਾਡਾ ਜਿਹੜਾ ਪਿਛਲਾ ਉਹਨੂੰ ਵੀ ਅੱਲਾ ਨੂੰ ਪਿਆਰਾ ਕਰਨ ਚੱਕਰ ਜਵਾਨ ਪੁੱਤ ਚੱਲਾ ਸੀ ਪਿੱਛੋਂ ਯਾਰ ਕਿਸੇ ਪਾਸੇ ਲਾ ਦੋ ਗੱਲ ਅੱਜ ਕਰਦੇ ਪਏ ਕੱਲ ਕਰਦੇ ਪਏ ਅੱਜ ਕਰਦੇ ਮੇਰੇ ਬੱਚੇ ਕੋਈ ਫੈਸਲਾ ਨਹੀਂ ਕੀਤਾ ਮੇਰਾ ਕਿਸੇ ਫੈਸਲਾ ਮੈਂ ਕਰੂ ਅੱਲਾ ਨੇ ਕਰਨਾ ਕੋਈ ਟੈਨਸ਼ਨ ਨਹੀਂ ਹੈਗੀ ਉਹਦੇ ਘਰ ਚ ਕੋਈ ਕਮੀ ਨਹੀਂ ਉਹਦੀ ਕਹਿੰਦੀ ਆਸ ਤੇ ਰਹਿਣਾ ਚਾਹੀਦਾ ਜੋ ਕਰਦਾ ਬਿਹਤਰ ਕਰਦਾ ਅੱਲਾ ਵਾਰਸ ਇਹ ਸਾਡੀ ਅੱਜ ਦੀ ਵੀਡੀਓ ਸੀ ਅਗਰ ਮੇਰੇ ਭੈਣ ਭਰਾਵਾਂ ਨੂੰ ਪਸੰਦ ਆਵੇ ਲਾਈਕ ਕਰੇ ਸ਼ੇਅਰ ਕਰਿਓ ਔਰ ਕਮੈਂਟ ਸਾਨੂੰ ਜ਼ਰੂਰ ਦੱਸਿਓ ਜ਼ਰੂਰ ਦੱਸਿਓ ਬਿਲਕੁਲ ਜ਼ਰੂਰ ਦੱਸਿਓ ਸਾਨੂੰ ਸਾਡੀ ਵੀਡੀਓ ਕੈਸਰਾ ਲੱਗੀ ਮੈਂ ਕੋਈ ਉਹ ਨਹੀਂ ਹੈਗਾ ਮੈਨੂੰ ਵਿਊ ਪੈਣਾ ਚਾਹੀਦੇ ਤੇ ਮੈਨੂੰ ਇਹ ਕਰਨਾ ਨਾ 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 ਹੱਕ ਸੱਚ ਦੀ ਗੱਲ ਹੱਕ ਸੱਚ ਦੀ ਗੱਲ ਕਰਨੀ ਆ ਆਈ ਸਮਝ ਗੱਲ ਕਰਨੀ ਹੱਕ ਸੱਚ ਦੀ ਝੂਠ ਬੋਲ 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 ਮੈਂ ਹੁਣ ਸਾਰਿਆਂ ਦੀਆਂ ਜਿੰਨੇ ਵੀ ਯੂਟਿਊਬਰ ਮੇਰੇ ਆਪਣੇ ਹੈਗੇ ਆ ਮੈਂ ਸਾਰਿਆਂ ਕੋਲ ਵੀ ਗਿਆ ਸਾਰੇ ਸੁਲਾਹ ਵਾਸਤੇ ਮਗਰ ਮੈਂ ਹੁਣ ਖੋਲ ਖੋਲ ਕੇ ਨਾ ਸਾਰਿਆਂ ਦੇ ਖਲਾਸੇ ਮੈਂ ਤੁਹਾਨੂੰ ਦੱਸਣੇ ਆ ਤੁਸੀਂ ਸੁਣਨੇ ਆ ਫੈਸਲਾ ਤੁਹਾਡੇ ਹੱਥ ਵਿੱਚ ਤੁਸੀਂ ਸੁਣਨੇ ਆ ਸਬੂਤ ਪੂਰੇ ਦੇ ਨਾਲ ਸਬੂਤ ਪਰੂਫ ਦੇ ਨਾਲ ਮੈਂ ਤੁਹਾਨੂੰ ਇਸ ਗੱਲਾਂ ਦੱਸੂ ਸਾਰੀਆਂ ਜੋ ਜੋ ਮੇਰੇ ਨਾਲ ਹੁੰਦੀਆਂ ਜੋ ਜੋ ਦੂਸਰਿਆਂ ਨਾਲ ਹੁੰਦੀਆਂ ਜੋ ਜੋ ਲੋਕਾਂ ਨਾਲ ਹੋਈਆਂ ਜਿਹਦੇ ਜਿਹਦੇ ਨਾਲ ਹੋਈਆਂ ਸਾਰੀਆਂ ਖੋਲ ਖੋਲ ਦੱਸੂ ਹਕੀਕਤ ਦੱਸੂ ਔਰ ਸੱਚ ਦੱਸੂ ਸੋਲਾਂ ਨੇ ਦੱਸੂ ਝੂਠ ਨਹੀਂ ਹੋਊਗਾ ਕਿਸੇ ਗੱਲ ਵਿੱਚ ਅਤੇ ਅੱਲਾ ਸੋਹਣੇ ਦੇ ਹਵਾਲੇ